ਬਲਜੀਤ ਹਾਂਜੀ ਕਿੱਥੇ ਆ? ਇੱਥੇ ਆ, ਰਸੋਈ ਭਾਂਡੇ ਮੰਨਦੀ, ਇੱਥੇ ਆ ਜਾਓ। ਮੰਨਦੀ ਜਾਂਦੀ ਹੈ? ਹਾਂਜੀ। ਐਡਾ ਕਰਾ ਲੈ ਪੈਸੇ ਤੇ ਆਹ ਅਲਮਾਰੀ ਰੱਖ ਲੈ ਸਾਂਭ ਕੇ। ਨਾ ਘਰ ਕੀ ਕੰਮ ਪੈਸੇ ਰੱਖਣੇ ਆ, ਇਹੋ ਬੈਂਕ 'ਚ ਜਮ੍ਹਾਂ ਕਰਾਏ ਹੁੰਦੇ ਆ। ਉਹ ਤੈਨੂੰ ਚੰਗਾ ਭਲਾ ਪਤਾ ਹੋਵੇ ਕਿ ਕੰਮ ਤਾਂ ਮੇਰਾ ਟਾਈਮ ਆ, ਮੈਂ ਜਾਣਾ ਹੈ ਪਿਆਰੀਆਂ 'ਚ, ਮੈਂ ਜੇ ਮੈਂ ਬੈਂਕ ਚੱਲ ਗਿਆ ਮੈਨੂੰ ਉੱਥੇ ਘੜੀ ਲੱਗ ਜਾਣੀ ਆ। ਆ ਘਰ ਜਿੰਨੇ ਪੈਸੇ ਰੱਖੇ ਹੋਣ ਨਾ ਸਾਰੇ ਖਰਚੇ ਜਾਂਦੇ ਆ। ਤੇ ਖਰਚਣ ਵਾਸਤੇ ਲੈ ਜਾਣ, ਤੈਨੂੰ ਪਤਾ ਕਣਕ ਬੀਜਣ ਵਾਲੀ ਆ, ਬੀਜ ਲਿਆਉਣਾ, ਖਾਦ ਲਿਆਉਣੀ, ਤੇ ਜਿਹੜੇ ਖਰਚਣੇ ਖਰਚ ਕੇ ਜਿਹੜੇ ਬਾਜਾਂਗੇ ਬਾਅਦ ਜਮ੍ਹਾਂ ਕਰਾ ਲਾਂਗੇ। ਚਲੋ ਠੀਕ ਆ, ਆਹੋ ਹੁਣ ਇੱਦਾਂ ਕਰੋ ਰੋਟੀ ਖਾ ਲਓ। ਕੋਈ ਰੋਟੀ ਨਹੀਂ ਖਾ ਲੈਣੀ ਆ, ਤੂੰ ਆਹ ਨਵੇੜ ਲਾ ਤੇ ਰੋਟੀ ਲੈ ਦੇ ਮੈਨੂੰ। ਨਾ ਤੁਸੀਂ ਵੀ ਇਕੱਲੇ ਖੱਪਦੇ ਰਹਿੰਦੇ ਜੇ, ਸ਼ੇਰੇ ਨੂੰ ਕਹੋ ਹਾਂ ਇੱਕ ਦੋ ਦਿਨ ਦੀ ਛੁੱਟੀ ਲੈ ਲੈ ਤੇ ਕਣਕ ਫਿਰ ਬੀਜੀ ਜਾਵੇ। ਪਰ ਤੈਨੂੰ ਚੰਗਾ ਭਲਾ ਪਤਾ ਵਾ ਉਹਨੇ ਕਿਹੜਾ ਆਖੇ ਲੱਗਣਾ ਵਾ, ਕਰਨੀ ਤਾਂ ਆਪਣੀ ਮਰਜ਼ੀ ਆ, ਨਾਲੇ ਨੌਕਰੀ ਕੇ ਸਿਆਣੇ ਦੇ ਨਖਰਾ ਗਈ, ਬਗਾਨੇ ਹੱਥ ਜਾਣ ਵਾ, ਜੇ ਉਹ ਛੁੱਟੀ ਦੇਣਗੇ ਛੁੱਟੀ ਕਰੂਗਾ। ਆਪਣੇ ਹੱਥ 'ਚ ਵੀ ਹੋ ਜਾਂਦਾ ਸਾਰਾ ਕੁਝ ਜੇ ਬੰਦੇ ਨੇ ਕਰਨਾ ਹੋਵੇ ਤੇ। ਪਤਾ ਵਾ ਮੇਰਾ ਇਕੱਲਾ ਭਰਾ ਖੜਦਾ ਰਹਿੰਦਾ ਵਾ, ਮੈਂ ਵੀ ਦੋ ਦਿਨ ਛੁੱਟੀ ਲੈ ਕੇ ਤੇ ਘਰ ਦਾ ਕਰਾ ਦਾ ਕੰਮ ਨਾਲ। ਉਹ ਚੱਲ ਕੋਈ ਨਹੀਂ, ਤੂੰ ਇੱਦਾਂ ਕਰ ਆਪਣਾ ਪੈਸੇ ਸਾਂਭ ਚੇਤੇ ਨਾਲ, ਰੱਖ ਲੈ ਇਹਨਾਂ ਨੂੰ ਤੇ ਮੈਨੂੰ ਲੈ ਦੇ ਰੋਟੀ। ਉੱਥੇ ਲੈ ਕੇ ਜਾਓ, ਮੈਂ ਰੋਟੀ ਲੈ ਕੇ ਆਉਂਦੀ ਤੇ ਹਾਈ ਪਏ ਹੱਥ ਧੋ ਕੇ ਆਪੇ ਰੱਖ ਲਈ। ਤੈਨੂੰ ਪਤਾ ਮੇਰਾ ਚੇਤਾ ਵੀ ਇਦਾਂ ਦਾ, ਮੈਨੂੰ ਚੇਤਾ ਭੁੱਲ ਜਾਂਦਾ ਨਾ ਕਿਸੇ ਵੇਲੇ, ਇਹਨੂੰ ਸਾਂਭ ਲਾਉਣੀ ਤੂੰ। ਚਲੋ ਠੀਕ ਆ। ਤੂੰ ਇਹ ਬੋਧੇ ਸਵਾਰੀ ਜਾਂਦੇ ਸ਼ੀਸ਼ੇ ਗਾੜੀ ਖੜ ਕੇ, ਉਧਰ ਵੇਖ ਲਓ ਤੁਹਾਡੀ ਭਰਜਾਈ ਕਿੱਦਾਂ ਚੁੱਕਣਾ ਦੇ ਨੀ ਤੁਹਾਡੇ ਵੀਰ ਨੂੰ, ਤੁਹਾਡੇ ਬੋਧੇ ਹੀ ਨੀ ਸੂਤ ਆਉਣੇ, ਸ਼ੀਸ਼ੇ ਮੂਹਰੇ ਜੁੜ ਜਿਓ। ਉਹ ਕੀ ਕਹਿਤਾ ਭਾਬੀ ਨੇ ਵੀਰ ਨੂੰ, ਤੂੰ ਬਿਨਾਂ ਚਾਬੀ ਦੇ ਸਟਾਲ ਤੋਂ ਨਹੀਂ ਸਵੇਰੇ ਸਵੇਰੇ ਹੀ। ਮੇਰਾ ਕਿਹੜਾ ਚੀ ਕਰਦਾ ਕਿ ਤੁਹਾਡੇ ਭਰਾ ਭਰਜਾਈ ਨੂੰ ਮੰਦਾ ਬੋਲਾ, ਮੈਨੂੰ ਉਹਨਾਂ ਨੂੰ ਵੇਖ ਕੇ ਖੇਨ ਚੜ ਜਾਂਦੀ ਆ, ਫਿਰ ਤੁਸੀਂ ਕਹਿਣਾ ਬੋਲਦੀ ਆ, ਮੇਰਾ ਬੋਲਣਾ ਤਾਂ ਸਾਰਿਆਂ ਨੂੰ ਵੇਖ ਜਾਂਦਾ। ਕੀ ਹੋ ਗਿਆ ਤੇਰੇ ਕਾਲਜ ਨੂੰ ਸਵੇਰੇ ਸਵੇਰੇ, ਮੈਨੂੰ ਲੱਗਦਾ ਤੇਜ਼ਾਬ ਬਣ ਗਿਆ ਤੇਰੇ, ਜਾ ਕੇ ਗੈਸ ਵਾਲਾ ਕੈਪਸੂਲ ਕੁਪਸੂਲ ਖਾ ਦੋ ਜੀ। ਤੇਰਾ ਸਿਰ ਹੋ ਗਿਆ ਵਾ, ਤੂੰ ਰਿਹਾ ਨਾ ਬੁੱਝੜ ਦਾ ਬੁੱਝੜੀ, ਤੇਰੇ ਭਰਾ ਭਜਾਈ ਆਵਾਸ ਚੱਲਣਾ ਤੇ ਸਾਡਾ ਮੁੰਡਾ ਜਾ ਕੇ ਤੂੜੀ ਵਾਲੇ ਅੰਦਰ ਰੱਖ ਹੁਣ। ਰਾਜਵਿੰਦਰ ਤੈਨੂੰ ਹੋ ਗਿਆ ਵਹਿਮ, ਵੀਰ ਭਾਬੀ ਨੇ ਕਦੀ ਨਹੀਂ ਸਾਡਾ ਮਾੜਾ ਸੋਚਿਆ, ਤੂੰ ਪਤਾ ਨਹੀਂ ਕਿੱਦਾਂ ਦੀਆਂ ਗੱਲਾਂ ਕਰਦੀ ਰਹਿੰਦੀ ਆ। ਜੇ ਤੁਹਾਨੂੰ ਆਪਣਾ ਭਰਾ ਨਹੀਂ ਚੰਗਾ ਲੱਗਦਾ ਨਾ ਤੇ ਜਾਓ ਜਾ ਕੇ ਉਹਦੇ ਕੋਲ ਪੁੱਛੋਗਾ, ਪੁੱਛਦੇ ਕਿਉਂ ਨਹੀਂ ਆ। ਨਾ ਕੀ ਪੁੱਛਾਂ ਉਹਨੂੰ ਮੈਂ, ਦੱਸ ਮੈਨੂੰ। ਐ ਵੀ ਨਾ ਰੋਲਾ ਪਾਉਂਦੇ ਰਿਹਾ ਕਰੋ, ਤੁਹਾਡਾ ਆਪਣਾ ਤੇ ਦਿਮਾਗ ਹੈ ਨਹੀਂਗਾ, ਤੇ ਮੈਨੂੰ ਵੀ ਨਹੀਂ ਦਿਮਾਗ ਲਾਉਣ ਦਿੰਦੇ, ਫਿਰ ਮੇਰੇ 'ਚ ਕਸੂਰ ਕੱਢਦੇ ਆ। ਰਾਜਵਿੰਦਰ ਮੇਰੀ ਗੱਲ ਸੁਣ, ਤੂੰ ਦੱਸ ਵੀ ਚੰਮੀ ਗਈ ਆ, ਅੱਗੇ ਮੈਂ ਤੇਰੇ ਕਹਿੰਦੇ ਚੱਲਦਾ ਵਾਂ, ਜੇ ਕੋਈ ਗੱਲ ਰਹਿ ਗਈ ਆ ਉਹ ਵੀ ਮਨਾ ਲਾ, ਉਹ ਵੀ ਤੇਰੀ ਮੈਂ ਮੰਨ ਲੂੰਗਾ। ਨਹੀਂ ਜੇ ਮੇਰੀ ਇੱਜ਼ਤ ਨਹੀਂ ਕਰਨੀ ਸੀ ਤੇ ਮੈਨੂੰ ਵਿਆਹ ਕੇ ਕਿਉਂ ਲਿਆਂਦਾ ਸੀ, ਵਿਆਹ ਤੋਂ ਪਹਿਲਾਂ ਤੇ ਐਡੇ ਐਡੇ ਸੁਪਨੇ ਵਿਖਾਉਂਦੇ ਸੀ ਤੇ ਹੁਣ ਤੁਹਾਡੇ ਕਿੱਥੇ ਗਏ, ਹੁਣ ਤਾਂ ਮੈਨੂੰ ਕਿਤੇ ਇੱਥੋਂ ਹਰਚੋਂ ਵੱਲ ਤੱਕ ਨਹੀਂ ਖੜਿਆ, ਐਡੇ ਐਡੀਆਂ ਫੁਕਰੀਆਂ ਛੱਡਦੇ ਸੀ ਪਹਿਲਾਂ। ਨਾ ਕੀ ਫੁਕਰੀਆਂ ਮਾਰੀਆਂ ਤੇਰੇ ਨਾਲ ਮੈਂ, ਜਿੱਥੇ ਤੂੰ ਕਹਿੰਦੀ ਰਹੀ ਉੱਥੇ ਤੈਨੂੰ ਮੈਂ ਘਮਾਉਣ ਖੜਦਾ ਰਿਹਾ। ਉਦੋਂ ਤਾਂ ਤੁਸੀਂ ਬੜਾ ਕਹਿੰਦੇ ਸੀ ਕਿ ਮੇਰਾ ਭਰਾ ਮੇਰੇ ਤੋਂ ਜਾਣਵਾਰ ਦਾ ਤੇ ਮੇਰੀ ਭਾਬੀ ਇਦਾਂ ਦੇ ਭਰਾ ਇਦਾਂ, ਤੁਹਾਡੀਆਂ ਗੱਲਾਂ ਦੇ ਵਿੱਚ ਆਣ ਕੇ ਮੈਂ ਤਾਂ ਫਸ ਗਈ ਆ, ਜਿਹੜਾ ਮੈਂ ਤੁਹਾਡੇ ਨਾਲ ਵਿਆਹ ਕਰਾ ਲਿਆ। ਨਹੀਂ ਮੈਨੂੰ ਦੱਸੋ ਮੈਂ ਤੁਹਾਨੂੰ ਕੀ ਪਰੇਸ਼ਾਨ ਕੀਤਾ, ਤੁਹਾਨੂੰ ਪਤਾ ਕਿ ਤੁਹਾਡੇ ਘਰ ਵਿੱਚ ਕੀ ਚੱਲਣ ਡਿਆ ਵਾ, ਕਦੀ ਘਰ ਵਿੱਚ ਦਖਲ ਅੰਦਾਜ਼ੀ ਲਈ ਆ? ਸਭ ਤੋਂ ਮੈਨੂੰ ਪਤਾ ਘਰ ਵਿੱਚ ਕੀ ਚੱਲਣ ਡਿਆ ਵਾ, ਜਿਹੜੀ ਚੀਜ਼ ਦੀ ਸਾਨੂੰ ਲੋੜ ਪੈਂਦੀ ਆ ਨਾ ਉਹ ਮਿਲਦੀ ਆ ਨਾ, ਹੋਰ ਘਰ ਵਿੱਚ ਕੀ ਚੱਲੇ। ਨਹੀਂ ਤੁਹਾਡੀ ਭਰਜਾਈ ਇੰਨੀਆਂ ਗੱਲਾਂ ਗੁੱਝੀਆਂ ਰੱਖਦੀ ਆ, ਕੋਈ ਲੋੜ ਨਹੀਂ ਆਪਣੀ ਤਨਖਾਹ ਘਰੇ ਲਿਆ ਕੇ ਦੇਣ ਦੀ, ਸਾਰੀ ਤਨਖਾਹ ਉਹਨਾਂ ਦੇ ਹੱਥ 'ਤੇ ਰੱਖ ਦਿੰਦੇ ਆ, ਮੇਰੀ ਫਿਕਰ ਤੁਹਾਨੂੰ ਭੋਰਾ ਹੈਗੀ ਆ ਕਿ ਨਹੀਂ? ਯਾਰ ਹੋਰ ਤਰ੍ਹਾਂ ਮੈਂ ਫਿਕਰ ਕਿੱਦਾਂ ਕਰਾਂ, ਮੂੰਹ ਜੋ ਇਹਦੇ ਮਗਰੋਂ ਚੀਜ਼ ਕੱਢਦੀ ਆ, ਪਹਿਲਾਂ ਤੈਨੂੰ ਮਿਲ ਜਾਂਦੀ ਆ, ਹੋਰ ਤੈਨੂੰ ਮੈਂ ਆਪਣੇ ਮੋਢਿਆਂ ਚੁੱਕੀ ਫਿਰਾਂ। ਜਾਓ ਜਾ ਕੇ ਆਪਣਾ ਕੰਮ ਕਰੋ, ਤੁਹਾਡੇ ਦਿਮਾਗ 'ਚ ਭਰੀ ਆ ਤੂੜੀ, ਹੁਣ ਜੋ ਕਰਨਾ ਨਾ ਮੈਂ ਆਪ ਹੀ ਕਰ ਲੈਣਾ, ਤੇ ਵਿੱਚ ਦਖਲ ਅੰਦਾਜ਼ੀ ਲੈਣ ਦੀ ਕੋਈ ਲੋੜ ਨਹੀਂ। ਉਹ ਚੰਗਾ ਗੁਰੂ ਮੈਂ ਨਹੀਂ ਬੋਲਦਾ ਤੇਰੇ ਕੰਮ 'ਚ, ਮੈਂ ਹੁਣ ਚੱਲਿਆ ਕੰਮ ਤੇ ਜਾ ਮੈਨੂੰ ਰੋਟੀ ਪਾ ਕੇ ਲਿਆ ਕੇ ਦੇ। ਮੇਰੇ ਤੋਂ ਨਹੀਂ ਫੜਾਈ ਜਾਂਦੀ ਰੋਟੀ, ਜਾ ਕੇ ਆਪਣੀ ਭਰਜਾਈ ਨੂੰ ਕਹਿ ਦਿਓ ਮੇਰਾ ਅੱਗੇ ਬੜਾ ਸਿਰ ਦਰਦ ਹੁੰਦਿਆ, ਮੈਂ ਕਿਹੜੀ ਲੰਮੇ ਪੈਣ ਲੱਗੀ ਆ, ਮੇਰੀ ਕਿਹੜਾ ਇੱਥੇ ਕਿਸੇ ਨੂੰ ਪਰਵਾਹ ਆ, ਸਾਰਾ ਟੱਬਰ ਇੱਕੋ ਜਿਹਾ ਤੁਸੀਂ ਹੈਗਾ ਆ। ਚੰਗਾ ਬਾਬਾ ਪੈ ਜਾ ਲੰਮੇ ਤੂੰ। ਨਹੀਂ ਅੰਦਰ ਕਾਹਦਾ ਰੌਲਾ ਪੈਂਦਾ ਇੰਨਾ, ਉਹਨਾਂ ਦਾ ਤੇ ਰੋਜ਼ ਦਾ ਹੀ ਕੰਮ ਵਾ, ਉਹ ਕਿਹੜਾ ਇੱਕ ਦਿਨ ਦਾ ਵਾ, ਇੱਦਾਂ ਉਹਨੂੰ ਉਂਗਲਾਂ ਲਾਉਂਦੀ ਰਹਿੰਦੀ ਸਾਰੀ ਦਿਹਾੜੀ, ਸਿਖਾਉਂਦੀ ਰਹਿੰਦੀ ਹੈ। ਮੈਂ ਕਹਿੰਦੀ ਹਜੇ ਉਹ ਚੰਗਾ ਵਾ ਜਿਹੜਾ ਮਗਰ ਨਹੀਂ ਲੱਗਦਾ, ਪਰ ਇੱਕ ਨਾ ਇੱਕ ਦਿਨ ਤਾਂ ਲੱਗ ਹੀ ਜਾਣਾ ਨਾ, ਮਗਰ ਜਿਹੜੀ ਚੁੱਕਣਾ ਵਾ ਨਾ ਪੱਥਰ ਪਾੜ ਦਿੰਦੀ ਆ। ਉਹ ਤਾਂ ਤੇਰੀ ਗੱਲ ਠੀਕ ਆ, ਮੇਰਾ ਤਾਂ ਲੱਗਦਾ ਇਕੱਠ ਲੰਘ ਜੂਗਾ, ਪਰ ਇੰਨਾ ਨਹੀਂ ਲੰਘਣ ਦੇਣਾ ਉਹਦੀਆਂ ਗੱਲਾਂ ਕਰ ਕਰਕੇ। ਕੀ ਤਾਂ ਕਿਹੜੀ ਗੱਲ, ਉਹਨੂੰ ਚਾਹੁੰਦੀ ਕਿ ਲਾ ਛੱਡਦੀ ਆ, ਕੋਈ ਨਾ ਕੋਈ ਗੱਲ ਕਰਦੀ ਰਹਿੰਦੀ ਕਰਦੀ ਰਹਿੰਦੀ ਆ, ਮੈਂ ਹੀ ਚੁੱਪ ਕੀਤੀ ਰਹਿੰਦੀ, ਮੈਂ ਕਹਿੰਦੀ ਚੱਲ ਕੋਈ ਨਹੀਂ ਖਾਧੀ ਕੜੀ ਖਾਧੀ ਕੜੀ, ਪਰ ਇਹਨਾਂ ਨੇ ਰਹਿਣ ਨਹੀਂ ਦੇਣੀ ਉਹ ਗੱਲ।
ਉਹ ਵੀ ਵਿਚਾਰਾ ਸਾਰੀ ਜਿਹੜੀ ਕੰਮ ਤੋਂ ਥੱਕਾ ਹੁੰਦਾ ਹੀ ਉਹ, ਪਰ ਇਸ ਜਨਾਨੀ ਨੂੰ ਪਤਾ ਲੱਗਦਾ ਕਿ ਮੇਰਾ ਘਰ ਦਾ ਇੰਨਾ ਕੰਮ ਕਰਦਾ ਵਾ ਕਿ ਉਹਦੇ ਨਾਲ ਮੈਂ ਸੁਲਾ ਸਫਾਈ ਰੱਖਾਂ, ਬਸ ਲੜਦੀ ਰਹਿੰਦੀ ਹੈ। ਮੈਂ ਕਹਿੰਦੀ ਹਾਂ ਜਦੋਂ ਬੰਦਾ ਕੰਮ ਕਰਦਾ ਹੋਵੇ ਨਾ, ਨੌਕਰੀ ਵਾਲਾ ਬੰਦਾ ਲੱਭਾ ਹੋਵੇ, ਜਨਾਨੀ ਦਾ ਹੁਸਨ ਹੀ ਨਹੀਂ ਮਾਣ ਵੀ ਮੇਰਾ ਬੰਦਾ ਕੰਮ ਕਰਕੇ ਆਇਆ ਵਾ, ਮੈਂ ਰੋਟੀ ਪਾਣੀ ਪਾ ਕੇ ਫੜਾਵਾਂ। ਆਉਂਦੇ ਸਾਰੇ ਲੜਾਈ ਪਾ ਦੇਣੀ ਹੁੰਦੀ ਉਹਨੇ, ਉਹ ਬਹਾਨੇ ਰੱਬ ਦੇ ਦਿੰਦੇ ਕਿ ਮੈਨੂੰ ਅੱਡ ਕਰ ਦੇਣਗੇ ਤਰੀਕੇ ਨਾਲ, ਅਤੇ ਜਿੱਦਾਂ ਇਹ ਆਉਂਦੀ ਨਾ ਅੱਡ ਕਰ ਦੇਣਾ, ਇੱਦਾਂ ਅੱਡ ਤਾਂ ਹੋਇਆ ਜਾਣਾ। ਅੱਡ ਕਿੱਦਾਂ ਹੋ ਜਾਵਾਂਗੇ, ਇੰਨੇ ਚਿਰਾਂ 'ਚ ਇਕੱਠ 'ਚ ਮੈਂ ਰੋਟੀਆਂ ਪਕਾਈਆਂ, ਇਹ ਪਕਾ ਲੂਗੇ ਤਾਂ ਫਿਰ ਕਿਹੜੀ ਕਸ ਚੱਲੀ ਆ, ਨਹੀਂ ਰੋਟੀਆਂ ਕੰਮ ਕਰਨ ਨੂੰ ਜੀ ਨਹੀਂ ਕਰਦਾ। ਨਹੀਂ ਰੋਟੀਆਂ ਜੀ ਕਿਹੜੇ ਕਿੰਨੇ ਕਾ, ਦੋ ਅਸੀਂ ਤਾਂ ਦੋ ਅਤੇ ਪੰਜਵੀਂ ਮੰਮੀ। ਆਹੋ, ਦੋ ਦੋ ਫੁਲਕੇ ਖਾਣੇ ਹੁੰਦੇ ਆ, ਲੜਾਈ ਕਾਹਦੀ, ਜਾਣ ਕੇ ਹੀ ਆ ਨਾ। ਚੁੱਪ ਕਿਹੜਾ ਵਾ ਸਾਡੇ 'ਚੋਂ, ਅਸੀਂ ਚੋਵੇਂ ਪੰਜੇ ਜਾਣੇ, ਉਹ ਤਾਂ ਚੁੱਪ, ਜੇ ਉਹ ਅਸੀਂ ਵੀ ਬੋਲਣ ਲੱਗ ਪਏ ਨਾ ਤਾਂ ਸਮਾਂ ਸਮੀ ਲੜਾਈ ਹੋਵੇ ਸਾਡੇ ਘਰ। ਉਹ ਤਾਂ ਚੁੱਪ ਕਰ, ਆਉਂਦਾ ਸ਼ੇਰਾ। ਕੀ ਗੱਲ ਆ, ਭਲਾ ਚੁੱਪ ਕਰਕੇ ਬਹਿ ਗਿਆ, ਕੰਮ 'ਤੇ ਨਹੀਂ ਜਾਣਾ ਅੱਜ? ਕੰਮ 'ਤੇ ਤਾਂ ਜਾਣਾ ਵੀਰ ਜੀ, ਚੁੱਪ ਯਾਰ ਕੀ ਕਰਨਾ ਵਾ, ਉਹ ਅੰਦਰ ਪਈ ਓ, ਲੜਾਈ ਕਰਨ ਹਟਦੀ ਨਹੀਂ ਬਿਨਾਂ ਹੀ ਗੱਲ ਤੋਂ। ਅਤੇ ਅੰਦਰ ਕਿਹੜੀ ਗੱਲੋਂ ਪੈ ਗਈ ਹੁਣ, ਕੀ ਪਤਾ ਕਿਹੜੀ ਗੱਲੋਂ ਪੈ ਗਈ, ਇਹ ਮੇਰਾ ਸਿਰ ਦੁੱਖਦਾ। ਮੈਂ ਰੋਟੀ ਪਾ ਦੇ, ਮੈਂ ਕੰਮ 'ਤੇ ਜਾਣਾ ਵਾ, ਇਹ ਨਹੀਂ ਮੈਂ ਨਹੀਂ, ਭਾਬੀ ਨੂੰ ਕਹਿ ਦਿਓ ਆਪੇ ਫੜਾ ਦਿਓ ਤੁਹਾਨੂੰ, �ਕੀ ਬੰਦਾ ਕਰੇ। ਜਾ ਲਿਆ ਦੇ ਰੋਟੀ ਤੂੰ। ਚੱਲ ਮੈਂ ਨਹੀਂ, ਕੋਈ ਨਹੀਂ ਰੋਟੀ ਖਾ ਲੈਂਦੇ ਹਾਂ। ਮੇਰੀ ਗੱਲ ਕੋਈ ਨਹੀਂ, ਮੈਂ ਲਿਆ ਦੇਣੀ ਰੋਟੀ, ਮੈਨੂੰ ਕਿਹੜਾ ਭਾਰ ਲੱਗ ਚੱਲਿਆ। ਉਹਨੂੰ ਥੋੜ੍ਹਾ ਬਹੁਤਾ ਸਮਝਾਇਆ ਕਰ ਵੀ ਉੱਠ ਕੇ ਤੁਰਿਆ ਫਿਰਿਆ ਕਰ, ਕੰਮ ਧੰਦਾ ਕਰਿਆ ਕਰ, ਰੋਟੀ ਤਾਂ ਹੁਸਨ ਨਾਲ ਲੋਕ ਫੜਾਉਂਦੇ ਆ। ਆਦਮੀ ਇੱਥੇ ਕਿਹੜੇ ਬਹੁਤ ਜਾਣੇ ਜਿਹਨਾਂ ਨੂੰ ਰੋਟੀ ਫੜਾਉਣੀ ਆ, ਇੱਕ ਤਾਂ ਤੂੰ ਜਾਣਾ ਵਾ, ਬਾਕੀ ਇਹਨੂੰ ਤਾਂ ਮੈਂ ਫੜਾ ਦਿੰਦੀ ਹਾਂ। ਭਾਬੀ ਮੇਰੀ ਗੱਲ ਸੁਣੋ, ਤੁਹਾਨੂੰ ਵੀ ਲੱਗਦਾ ਕਿ ਮੈਂ ਇਹਨੂੰ ਨਹੀਂ ਸਮਝਾਉਣਾ, ਮੈਂ ਜਿੰਨਾ ਉਹਨਾਂ ਮੱਥਾ ਮਾਰਦਾ ਵਾ ਨਾ ਮੈਨੂੰ ਵੀ ਪਤਾ ਵਾ, ਪਰ ਇਹਦਾ ਦਿਮਾਗ ਹੀ ਪਤਾ ਨਹੀਂ ਕਿੱਦਾਂ ਦਾ, ਉਹਦੇ ਖਾਨੇ 'ਚ ਗੱਲ ਬਹਿੰਦੀ ਨਹੀਂ ਆ। ਜਿੱਦਾਂ ਹੁਣ ਤੂੰ ਗੱਲ ਸਮਝਾਵੇਂ ਤਾਂ ਤੇਰੀ ਤਾਂ ਬਣਦੀ ਆ, ਜੇ ਅਸੀਂ ਸਮਝਾਉਣ ਲੱਗ ਪਏ ਨਾ ਉਹਨੇ ਸਾਡੇ ਗੱਲ ਪੈ ਜਾਣਾ। ਤੁਹਾਡੇ ਸਮਝਾਇਆ ਤਾਂ ਸਮਝਣਾ ਹੀ ਨਹੀਂ ਉਹਨੇ, ਮੇਰੇ ਸਮਝਾਇਆ ਨਹੀਂ ਸਮਝਣੀ, ਤੁਹਾਡੇ ਸਮਝਾਇਆ ਕਿੱਥੋਂ ਸਮਝੂਗੀ। ਉਹ ਚਲੋ ਇਹਦੇ ਨਾਲ ਮੱਥਾ ਮਾਰਦਾ ਫਾਇਦਾ ਨਹੀਂ ਗਾ ਕੋਈ ਵੀ, ਤੂੰ ਇੱਦਾਂ ਕਰ ਰੋਟੀ ਪਾਣੀ ਖਾ ਜਾ ਕੰਮ 'ਤੇ, ਅਤੇ ਨਾਲੇ ਜੇ ਮਿਲਦੀ ਨਾ ਕੱਲ੍ਹ ਨੂੰ ਛੁੱਟੀ ਤਾਂ ਛੁੱਟੀ ਲਾਇਆ ਕਣਕ ਬੀਜ ਲਈਏ। ਜੇ ਕੋਈ ਤੁਸੀਂ ਆਪਣੀ ਗੱਲ ਕਰੋ ਤਾਂ ਵੀ ਮੇਰੇ ਕੰਨਾਂ ਲੱਗ ਗਏ, ਉਹ ਇੱਦਾਂ ਗੱਲਾਂ ਕਾਂਢੇ ਇੱਦਾਂ ਦੱਸ, ਤੁਸੀਂ ਦੋਵੇਂ ਜੀ ਗੱਲ ਕੋਈ ਨਾ ਕੋਈ ਕਰਨੀ ਹੁੰਦੀ ਹੈ, ਇਹ ਥੋੜ੍ਹਾ ਵੀ ਹਰ ਵੇਲੇ ਬੰਦਾ ਵਹਿਮ ਹੀ ਕਰੀ ਜਾਵੇ, ਵਹਿਮ ਹੀ ਕਰੀ ਜਾਵੇ। ਬਸ ਫਿਰ ਉਹ ਵਹਿਮ ਭਰਮ ਤੇ ਚੁਗਲੀਆਂ, ਹੋਰ ਕੋਈ ਕੰਮ ਨਹੀਂ, ਲੰਮੀ ਪਈ ਨੂੰ ਮੇਰੇ ਉਹ ਕੰਮ ਕਰਦੀ ਨਹੀਂ। ਹੁਣ ਦੇ ਭਲੇ ਆਪਣੀਆਂ, ਮੈਂ ਮੇਰੀ ਗੱਲ ਦਾ ਵੀ ਜਵਾਬ ਦੇ ਦੇ, ਛੁੱਟੀ ਮਿਲ ਜੂ ਸਵੇਰ ਦੀ, ਛੁੱਟੀ ਕਰ ਲੈਣੇ, ਪਤਾ ਪੁੱਛ ਲੈਣੇ ਉਹਨਾਂ ਨੂੰ। ਆ ਤੇ ਚੱਲ ਜਾ, ਟਾਈਮ ਨਾਲ ਲੇਟ ਹੋਣਿਆ ਵਾ ਤੂੰ, ਫਿਰ ਤੇ ਬੋਸ ਦਾ ਝਿੜਕਾ ਮਾਰੂਗਾ, ਤੇ ਰੋਟੀ ਖਾ ਲਾ ਖਾਣੀ ਇੱਕ ਦੀ ਦੇ। ਅੱਛਾ, ਆ ਤੇ ਜਾ ਟਾਈਮ ਨਾਲ ਮੁਣੀ ਸ਼ਾਮਾਂ ਨੂੰ, ਤੇ ਮੈਂ ਖਾਦ ਖੂਦ ਤੇਰੇ ਉਹਨਾਂ ਨੂੰ ਲੈ ਆਉਣਾ ਸਾਰੀ। ਅੱਛਾ, ਤੇ ਸਵੇਰੇ ਕਣਕ ਬੀਜਣੀ ਉਹ ਹਾਲ ਲਈ, ਜੇ ਛੁੱਟੀ ਮਿਲ ਜੂ ਤਾਂ ਵੀ ਦੱਸ ਦੀ, ਨਾਮ ਲਈ ਤਾਂ ਵੀ ਦੱਸ ਦੀ, ਮੈਂ ਪ੍ਰਬੰਧ ਕਰਾਂ ਸਾਰਾ। ਕੋਈ ਨਹੀਂ, ਆਸ਼ਾਵਾਂ ਨੂੰ ਕਰਕੇ ਮੈਂ ਪਤਾ ਤੁਹਾਨੂੰ ਦੱਸ ਦੂੰਗਾ, ਤੇ ਮੈਨੂੰ ਫੋਨ ਕਰ ਦੀਜੇ, ਲਾਈਕ ਦੀ ਮੈਂ ਛੁੱਟੀ ਨੂੰ ਮੈਂ ਕਹੂੰਗਾ ਵੀ ਦੇਣੀ ਕਣਕ ਬੀਜਣੀ ਆ, ਦੇਣਗੇ ਦੇਣਗੇ ਕਿਉਂ ਨਹੀਂ, ਤੇ ਤੁਸੀਂ ਇੱਦਾਂ ਕਰੋ ਵੀ ਬਾਅਦ ਰੂੜੀ ਰਾੜੀ ਜੋ ਵੀ ਖਾ ਸਕਦਾ ਪੂਰਾ ਕੰਮ ਕਰਕੇ ਰੱਖੋ, ਤੇ ਜੇ ਸਵੇਰੇ ਮਿਲ ਗਈ ਛੁੱਟੀ ਤੇ ਸਵੇਰੇ ਬੀਜ ਲੈਣੇ ਕਿ ਨਹੀਂ ਭਾਬੀ। ਕੋਈ ਨਾ, ਮੈਂ ਬੰਬੀ ਵੀ ਚੱਲਿਆ ਵਾਂ, ਆਣ ਕੇ ਫਿਰ ਮੈਂ ਵੇਖਦਾ ਵਾਂ। ਠੀਕ ਆ, ਹੌਲੀ ਹੌਲੀ ਉਹਨੂੰ ਸਮਝਾਇਆ ਕਰ, ਸੂਟ ਸਾੜ ਲਿਆ ਦੇ ਜੇ ਸੂਟ ਸਾੜ ਤੋਂ ਰੁੱਸੀ ਆ ਤੇ। ਕੋਈ ਨਹੀਂ, ਬੰਦੇ ਕਰ ਲੈਣੇ ਗੱਲ, ਤੂੰ ਇਹ ਚੜਾਈ ਜਾ ਉਹਦੇ ਤੋਂ ਅੱਗੇ ਚੰਗੇ ਘਾਟੀ ਹੋ। ਚੱਲ ਜਾ ਫਿਰ ਤੂੰ, ਮੈਂ ਚੱਲਿਆ ਮੈਂ ਬੰਬੀ ਜੇ, ਤੇ ਤੂੰ ਰੋਟੀ ਖਾ ਕੇ ਜਾਵੀਂ ਹੁਣ। ਨਹੀਂ ਇਹ ਰੋਟੀ ਮੈਂ ਨਾਲ ਲੈਣੀ ਆ, ਖਾਣੀ ਖੁਣੀ ਨਹੀਂ ਗੀ। ਚੱਲ ਲੈ ਲੈ ਦੇ ਭਾਬੀ ਆਪਣੀ ਕੋਲ। ਆਹ ਭਾਬੀ ਲੈ ਦੇ ਰੋਟੀ ਤੇ ਮੈਂ ਫਿਰ ਕੱਢਾਂ ਮੋਟਰਸਾਈਕਲ ਤੇ ਮੈਂ ਜਾਵਾਂ, ਚੱਲ ਕੱਢ ਮੈਂ ਵੀ ਜਾਵਾਂ। ਚੱਲ ਸਵੇਰ ਦਾ ਜਿੱਥੇ ਖਲਾਰਾ ਪਿਆ ਉੱਥੇ ਪਿਆ, ਕਿਤੇ ਮਹਾਰਾਣੀ ਸੁੱਤੀ ਆ। ਦੱਸ ਕੀ ਹੋਇਆ ਹੋਊਗਾ ਇਹਨੂੰ ਭਲਾ। ਚੱਲ ਮਨਾ ਬਾਹਰ ਕੱਪੜੇ ਕੁੱਪੜੇ ਸੁੱਕਣੇ ਪਾਵਾਂ, ਜਿਹੜੇ ਪਾਉਣ ਵਾਲੇ ਮਸ਼ੀਨ 'ਚ ਸਵੇਰ ਦੇ ਰੱਖੇ ਆ। ਦੀਦੀ ਬਾਹਰ ਚਲ ਗਈ ਆ, ਵੇਖਦੀ ਨਾ ਜਾ ਕੇ ਭਾਅ ਜੀ ਕਿੰਨੇ ਕੁ ਪੈਸੇ ਦੇ ਕੇ ਗਏ ਆ। ਦੀਦੀ ਵੀ ਐਡੇ ਨਿਕੰਮੇ ਆ ਨਾ, ਕਿਤੇ ਸਵੇਰ ਦੀ ਚਾਹ ਪੀਤੀ ਨੀ, ਇਹ ਨੀ ਕਹਿੰਦੇ ਗਲਾਸ ਚੁੱਕ ਲਾ, ਉਹ ਵੀ ਪੈਰਾਂ 'ਚ ਹੀ ਰੱਖਿਆ ਵਾ।
हाय हाय ऐ लगदा जिदा बिल्ली अंदर वड़ गई आ इहदा स्यापा हो जा जिहदा सिर पाड़ ही देना वा कुछ ना कुछ रोड़ जांदी जां झूठा कर जांदी आ ਨਾ ਇੱਥੇ ਤਾਂ ਕੋਈ ਵੀ ਨਹੀਂ ਹੈਗਾ ਜਾਨ ਸੌਖੀ ਹੋਈ ਹਾਏ ਦੀਦੀ ਕਿਤੇ ਅੰਦਰ ਹੀ ਨਾ ਜਾਣ ਇੱਦਾਂ ਕਰਾਂ ਮੈਡਮ ਦਾ ਹਾਲ ਚਾਲ ਪੁੱਛ ਹੀ ਨਾ ਲਵਾਂ ਫਿਰ ਆਖੂਗੀ ਮੈਨੂੰ ਸਵੇਰ ਦੀ ਪਈ ਆ ਤੇ ਮੇਰਾ ਹਾਲ ਚਾਲ ਨਹੀਂ ਪੁੱਛਿਆ ਛੱਡ ਖੜਾ ਸੁੱਤੀ ਹੋਣੀ ਆ ਫਿਰ ਆਖਣਾ ਵਾ ਮੈਨੂੰ ਠਾਲਤਾ ਵਾ ਮੈਨੂੰ ਮਹਾਂ ਰੈਸਟ ਮਿਲੀ ਇੱਦਾਂ ਕਾਹਦੀ ਚਾਹ ਬਣਾ ਕੇ ਪੀਨੀ ਆ ਜਦੋਂ ਰਘਵੀਰ ਆਉਣਗੇ ਨਾ ਉਹਨਾਂ ਨੂੰ ਫਿਰ ਬਣਾ ਦੂੰਗੀ ਅਤੇ ਇਹ ਵੀ ਆਪਣੀ ਆਪੇ ਬਣਾ ਲੱਗੇ ਪੀ ਲੂਗੀ ਫਿਰ ਆਖੂਗੀ ਬਈ ਬਣਾ ਕੇ ਰੱਖ ਛੜੀ ਆ ਸ਼ੁਕਰ ਆ ਜਾਣ ਬਚ ਗਈ ਜੇ ਕਿਤੇ ਮੈਨੂੰ ਦੀਦੀ ਵੇਖ ਲੈਂਦੇ ਨਾ ਸਿਆਪਾ ਪੈ ਜਾਣਾ ਸੀ ਤੇ ਦੀਦੀ ਨੇ ਲਾਲਾ ਲਾਲੇ ਕਰਾ ਦੇਣੀ ਸੀ ਤੇ ਮੈਂ ਫੜੀ ਜਾਣਾ ਸੀ ਪੁੱਛਣਾ ਸੀ ਅਗਲੀ ਨੇ ਮੇਰੇ ਕਮਰੇ 'ਚ ਕੀ ਕਰਦੀ ਸੀ ਸ਼ੁਕਰ ਹੀ ਹੋਇਆ ਬਚ ਗਈ ਆ ਦੀਦੀ ਜੇ ਕੋਈ ਕੰਮ ਹੈਗਾ ਦੱਸ ਦਿਓ ਮੈਂ ਕਰ ਦਿੰਦੀ ਹਾਂ ਠੀਕ ਹੈ ਹੁਣ ਤੂੰ ਹਾਂਜੀ ਮੈਂ ਠੀਕ ਹਾਂ ਸ਼ੇਰਾ ਮੈਨੂੰ ਕਹਿਣ ਡਿਆ ਸੀ ਠੀਕ ਨਹੀਂ ਰਾਜਵਿੰਦਰ ਮੈਨੂੰ ਬੁਖਾਰ ਹੋਇਆ ਸੀ ਦੀਦੀ ਸਵੇਰੇ ਅੱਛਾ ਠੀਕ ਹੈ ਤੇ ਦਵਾਈ ਦਵੂਈ ਖਾਧੀ ਹੁਣ ਹਾਂਜੀ ਦਵਾਈ ਤਾਂ ਮੈਂ ਖਾ ਲਈ ਆ ਪਈ ਸੀ ਦਵਾਈ ਮੇਰੇ ਕੋਲ ਤੇ ਹੁਣ ਮੈਨੂੰ ਫਰਕ ਵਾ अच्छा ठीक है काम तो मैं सारा कर लिया वा मशीन च कपड़े पाने वाले रह गए हुणे पा के आई नाल मैं चाह बना के खड़ी तू सुती तो फिर मैं तैनू कहा नहीं तो मैं अपने जोगी बना के लै गई मैं चल मैं पी लैनी हाँ तो तेरे जेठ ने आना है तो तैनू मैं बाद बना दूंगी जा मैं चल अपने आप बना के पी लूँगी बंदे का जो बुखार चढ़िया तो फिर जी करता ना भी ताज़ी ताज़ी चीज़ बना के खाइए वो तो कोई गल नहीं मैं बना के पी लूंगी जो मेरा जी करूंगा बस एक काम रह गया ही केड़ा काम रह गया दादो तेन पता मम्मी वांडे गई है मम्मी ने आन के वेखना वे मेरा गर्म गर्म बिस्तरा होवे बिस्तरा धुप्पे पाना पैना मम्मी का तलाई धुप्पे पाया तो जी उत्ते चादर वा ना वो थोड़ी जी मैली हुई है वो ला के तो मशीन च पा दे मशीन च मैं पहले ही कपड़े पाए तो नाल ही धुप जूगी कोई गल नहीं मैं पाउनी है आहो उतरा भी तो मैं ला के पानी ही चल जे तू हूँ उठी गई तो ला के पा दे है ना ठीक है कोई नहीं कर ਬਲਜੀਤ ਕੀੜੇ ਹੀ ਕਰਨਾ ਆ ਪੌਣੇ ਨਹੀਂ ਆ ਬਾਹਰ ਕੱਢ ਕੇ ਪੌਣ ਆ ਤੁਹਾਨੂੰ ਪਤਾ ਰੋਟੀਆਂ ਦੀ ਸਮੈਲ ਬੜੀ ਆ ਜਾਂਦੀ ਫਿਰ ਉਹ ਚੱਲ ਇਹਨੂੰ ਛੱਡ ਤੇ ਮੈਨੂੰ ਪੈਸੇ ਜਿਹੜੇ ਤੈਨੂੰ ਮੈਂ ਸਵੇਰੇ ਦਿੱਤੇ ਸੀ ਖਾਦ ਵਾਲੇ ਦਾ ਫੋਨ ਆ ਗਿਆ ਵਾ ਕਿ ਖਾਦ ਦੇ ਬੀਜ ਆਪਣਾ ਲੈ ਜੂ ਆਣ ਕੇ ਹੁਣੇ ਸਾਰੇ ਦੇ ਦਾਂਗੇ ਥੋੜੇ ਦਵਾਂ ਨਹੀਂ ਥੋੜੇ ਦੇ ਕੇ ਸਾਰੇ ਕੀ ਕਰਨੇ ਖਾਦ ਤੇ ਬੀਜ ਹੋਣਾ ਬਸ ਚਲੋ ਠੀਕ ਆ ਤੂੰ ਛੇਤੀ ਦੇ ਲਿਆ ਕੇ ਚਲੋ ਦਿੰਨੀ ਆਹ ਛੇਤੀ ਕਰ ਲਾ ਮਿੰਟ ਮਾਰੀ ਹੁਣ ਹੁਣ ਆਉ ਨਜ਼ਾਰਾ ਜਦੋਂ ਪਊ ਪਵਾੜਾ ਮਜ਼ਾ ਹੀ ਆ ਜਾਣਾ ਹੁਣ ਤੇ